है इतों की इस पिंड की। तो साड़ी समस्या जी हैगी है जी 2015 के वाटर सप्लाई सैनीटेशन विभाग के कोई बंदे आए थे जिन्होंने साडा पिंड का इकट्ठ करके सानू मोटीवेट किया पैसे जमा करवाओ एस सी बी सी तो 400 रुपया तो जनरल तो 800 रुपया लैके फिर थोनों वर्ल्ड बैंक की स्कीम के अंडर सारा ही नवा बोर नवे टेंकी नवा सारा वाटर वर्क्स नवा ला के देवे पाइपलाइन नवी पेगी विद वाटर मीटर लगनगे पर उस तो बाद मतलब उन्होंने किया कुछ नहीं असी पैसे अप्रैल के 2015 तक दो किश्तों के टोटल पैसे जमा करवाते जिन्हें साढ़े पिंड के बनते कितने पैसे जमा कराए जी 1,72,400 रुपया साडा बनता सीगा पिंड का जी असी वो सारे टोटल पैसे उन्होंने डिपार्टमेंट में जमा करवा दिते है पर उस तो बाद अज तक साड़ी कितने कोई सुनवाई नहीं हुई असी बहुत वारी महकमे के दफ्तर के चक्कर कट्टे है पर किसी ने साड़ी कोई सुनवाई नहीं की। एक बार साढ़े को चरणदीप सिंह SDO इतों के आए थे मोगा तो वह सानू कहिंदे थोड़े पैसे वापस कर देने असी 50,000 रुपया कट के पर मैनू इस गल की समझ नहीं लगी। मैं उन्होंने सिंपली क्वेश्चन कर लिया भी तुम किस खुशी के कट्टोगे मैं भी अपने पिंड वाले जवाब देना पर इस तो अगे उन्होंने कोई खास उत्तर नहीं दिता। तो चलो गल चुप हो गई फिर मैं इन्हों के नाल रिटन दे विच लिखती पढ़ती इन्हों के नाल चिट्ठियां पाउणियां शुरू कर लिया फिर भी कुछ ना हुंदा वेख के फिर मैं हार के हाई कोर्ट का दरवाजा खड़काया सीगा। सितंबर 2016 दे विच हाई कोर्ट का आर्डर होया डिपार्टमेंट नूं भी तुसी इन्हां नूं इन्हां दा जो भी हैगा वर्क है इन्हां दा करके पूरा दिओ पर उसके बावजूद भी हाई कोर्ट के आर्डर के डिपार्टमेंट वल्लों साढ़े पिंड दे विच अजे कुछ नहीं करके दिता गया। इसलिए असी तुहाडे चैनल राही तुहाडे खबरां दे राही इस डिपार्टमेंट तो मंग करते हैं कि जो भी साडा मतलब हक बनता है सानू दिता जाए इन्नी कि असी बेनती करनी चाहते। इस पिंड दे टोटल किन्ने घर है? 184 घर है जी टोटल। ਸਪਰ ਸਾਹਿਬ ਜੇ ਗੱਲ ਕਰੀਏ ਤੁਹਾਡੇ ਪਿੰਡ ਦੀ ਆਲਰੇਡੀ ਪਾਣੀ ਦੀ ਟੈਂਕੀ ਹੈਗੀ ਹੈ ਫਿਰ ਤੁਹਾਡੀ ਦੂਜੀ ਟੈਂਕੀ ਦੀ ਕੀ ਜ਼ਰੂਰਤ ਸੀ? ਸਾਡੇ ਕੋਲ ਐਕਚੁਅਲੀ ਟੈਂਕੀ ਤਾਂ 30-35 ਸਾਲ ਪੁਰਾਣੀ ਹੈ ਜੀ। ਸਾਨੂੰ ਡਿਪਾਰਟਮੈਂਟ ਨੇ ਆ ਕੇ ਮਤਲਬ ਇੱਥੇ ਆਫਰ ਕੀਤੀ ਸੀ ਨਾ ਕਿ ਅਸੀਂ ਉਹਨਾਂ ਕੋਲ ਡਿਪਾਰਟਮੈਂਟ ਕੋਲ ਚੱਲ ਕੇ ਗਏ ਸੀਗੇ। ਸਾਨੂੰ ਡਿਪਾਰਟਮੈਂਟ ਦੇ ਬੰਦੇ ਆ ਕੇ ਮਤਲਬ ਕਹਿ ਕੇ ਗਏ ਵੀ ਤੁਸੀਂ ਜੇ ਬੇਸ਼ੱਕ ਤੁਹਾਡੇ ਕੋਲ ਪੁਰਾਣੀ ਟੈਂਕੀ ਬਣੀ ਹੋਈ ਹੈ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਵਰਲਡ ਬੈਂਕ ਦੀ ਨਵੀਂ ਸਕੀਮ ਆਈ ਹੈ ਉਹਦੇ ਅੰਡਰ ਤੁਹਾਨੂੰ ਨਵਾਂ ਪ੍ਰੋਜੈਕਟ ਲਾ ਕੇ ਦਿੱਤਾ ਜਾਊਗਾ। ਕੀ ਕੰਡੀਸ਼ਨ ਹੈ ਸਰ ਟੈਂਕੀ ਦੀ? ਟੈਂਕੀ ਦੀ ਕੰਡੀਸ਼ਨ ਤਾਂ ਤੁਸੀਂ ਆਪ ਖੁਦ ਦੇਖ ਸਕਦੇ ਹੋ ਜੀ ਖਸਤਾ ਹਾਲਤ ਦੇ ਵਿੱਚ ਹੈ। ਥਾਂ ਥਾਂ ਤੋਂ ਜਿਹੜੀ ਪਾਈਪਲਾਈਨ ਲੀਕ ਹੋ ਚੁੱਕੀ ਹੈ ਜਿਹਦੇ ਵਿੱਚ ਗੰਦਾ ਮੰਦਾ ਗਲੀਆਂ ਨਾਲੀਆਂ ਦਾ ਪਾਣੀ ਰਲਦਾ ਹੈ ਜਿਹੜਾ ਅਸੀਂ ਪੀਣ ਵਾਸਤੇ ਮਜਬੂਰ ਹੋਏ ਬੈਠੇ ਹਾਂ। ਹੁਣ ਕੀ ਮੰਗ ਕਰਦੇ ਹੋ? ਅਸੀਂ ਤਾਂ ਸਾਰਾ ਪ੍ਰੋਜੈਕਟ ਨਵਾਂ ਲਾਉਣ ਦੀ ਮੰਗ ਕਰਦੇ ਹਾਂ ਤੁਹਾਡੇ ਚੈਨਲ ਰਾਹੀਂ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਡਿਪਾਰਟਮੈਂਟ ਨੂੰ ਵੀ ਸਰਕਾਰ ਨੂੰ ਵੀ। ਸਾਡੇ ਸਰਪੰਚ ਹਰਗੋਬਿੰਦ ਸਿੰਘ ਨੇ ਤੁਹਾਨੂੰ ਦੱਸੀਆਂ ਸਮੱਸਿਆਵਾਂ ਉਹ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਬੜੇ ਉਤਸ਼ਾਹੀ ਹੋ ਕੇ ਲੋਕਾਂ ਨੇ ਪੈਸੇ ਦਿੱਤੇ ਆਪਦੇ ਹਿੱਸੇ ਆਉਣ ਤੋਂ ਵੱਧ ਵੀ ਦਿੱਤੇ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਸੀਗਾ ਵੀ ਵਰਲਡ ਬੈਂਕ ਦੀ ਇਹ ਪਲੈਨ ਹੈ ਬਿਲਕੁਲ ਸਹੀ ਤਰ੍ਹਾਂ ਸਿਰੇ ਚੜੂਗੀ। ਹੁਣ ਜਿੱਥੋਂ ਤੱਕ ਹੈ ਇਸ ਤਰ੍ਹਾਂ ਦਾ ਤੁਸੀਂ ਗਲੀਆਂ 'ਚ ਜਾਓ ਨਾ ਤੁਹਾਨੂੰ 20 ਥਾਵਾਂ 'ਤੇ ਘੱਟੋ ਘੱਟ 20 ਤੋਂ ਵੱਧ ਥਾਵਾਂ 'ਤੇ ਪੈਂਚਰ ਜੇ ਲੱਗੇ ਦੱਸਣਗੇ। ਅਤੇ ਮੈਂ ਨਾਂ ਨਹੀਂ ਲੈਂਦਾ ਇੱਥੇ 2-3 ਵਾਰੀ 2 ਬੰਦਿਆਂ ਦਾ ਝਗੜਾ ਹੋ ਚੁੱਕਾ ਗਾਂਹ ਵੱਧ ਚੁੱਕਾ ਝਗੜਾ ਕਿ ਪਾਣੀ ਇੱਕ ਦੂਜੇ ਦਾ ਥੱਲੇ ਦੀ ਗਲਤ ਮਤ ਪਾਣੀ ਜਾਂਦਾ ਸੀ ਗੰਦਾ ਤੋ ਇਸ ਕਰਕੇ ਬੜੀ ਇਹ ਸਖਤ ਲੋੜ ਸੀ ਲੋਕ ਉਤਸ਼ਾਹੀ ਸੀ ਇਹਦੇ ਬਾਰੇ ਪਰ ਕਿਸੇ ਨੇ ਸੁਣਿਆ ਨਹੀਂ ਤਾਂ ਗਾਂਹ ਉਹ ਮੁੰਡਾ ਦੱਸ ਹੀ ਚੁੱਕਾ ਵੀ ਕਿਵੇਂ ਹਾਈ ਕੋਰਟ ਤੱਕ ਜਾਣਾ ਪਿਆ। ਸੋ ਅਸੀਂ ਸਾਰਿਆਂ ਦੀ ਇਹੀ ਭਾਵਨਾ ਸੀ ਵੀ ਛੇਤੀ ਠੀਕ ਹੋ ਜੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣ ਅਤੇ ਇਹਦੇ ਪ੍ਰਤੀ ਮਹਿਕਮੇ ਨੇ ਜਿਹੜਾ ਸੀਗਾ ਬਹੁਤ ਮੇਰੀਆਂ ਲਿਖਦੇ ਪੜ੍ਹਦੇ ਰਹੇ ਪੰਚਾਇਤ ਵਾਲੇ ਦੱਸਦੇ ਹੁੰਦੇ ਸੀ ਫਰੀਦਕੋਟ ਗਏ ਉੱਥੇ ਗਏ ਉੱਥੇ ਗਏ ਪਰ ਅਖੀਰ ਸੀਗਾ ਵੀ ਕੁਛ ਨਹੀਂ ਸੁਣਿਆ ਅਤੇ ਅਖੀਰ ਹਾਈਕੋਰਟ ਚਲੇ ਗਏ। ਇਸ ਵੇਲੇ ਜਿਹੜਾ ਪਾਣੀ ਤੁਹਾਨੂੰ ਪੀਣ ਨੂੰ ਮਿਲ ਰਿਹਾ ਉਹਦੀ ਕੰਡੀਸ਼ਨ ਕਿੱਦਾਂ ਦੀ? ਦੇਖੋ ਜੀ ਪਾਣੀ ਜਿੱਥੇ ਲੋਕਾਂ ਦਾ ਝਗੜਾ ਪਿਆ ਵੀ ਤੁਹਾਡਾ ਪਾਣੀ ਮੇਰੇ 'ਚ ਗੰਦਾ ਪਾਣੀ ਸਾਡੇ ਘਰ ਆ ਗਿਆ ਸਾਡੇ ਗਲਤ ਪਾਣੀ ਆਉਂਦਾ ਖਰਾਬ ਆਉਂਦਾ ਕੋਈ ਪ੍ਰੋਬਲਮ ਤਾਂ ਫਿਰ ਹੀ ਕੇਸ ਬਣੇ ਜੀ ਉਹਨਾਂ ਦੇ। ਨਰਸਿੰਘ ਜੀ ਕੀ ਤੁਤਾਰੀ ਵਾਲੇ ਪਿੰਡ ਦੇ ਵਿੱਚ ਪਾਣੀ ਨੂੰ ਲੈ ਕੇ ਕੋਈ ਸਮੱਸਿਆ ਆਈ ਹੈ? ਕੀ ਸਮੱਸਿਆ? ਸਮੱਸਿਆ ਸਾਡੀ ਇਹ ਹੈ ਜੀ ਜੋ ਤੋਂ ਸਾਡੀ ਟੈਂਕੀ ਬਣੀ ਹੈ ਉਸ ਤੋਂ ਬਾਅਦ ਇਹਦਾ ਜਿਹੜਾ ਪਾਣੀ ਹੈ ਬਹੁਤ ਹੀ ਪ੍ਰਦੂਸ਼ਣ ਹੋ ਚੁੱਕਿਆ ਜਿਹੜੇ ਸਾਡੇ ਪਿੰਡ ਵਿੱਚ ਅੱਜ ਤੋਂ ਲਗਭਗ ਆ ਪਿੱਛੇ 2 ਸਾਲ ਦੇ ਵਿੱਚ 4 ਮੌਤਾਂ ਜਿਹੜੀਆਂ ਕੈਂਸਰ ਦੀ ਬਿਮਾਰੀ ਅਤੇ ਪੀਲੀਏ ਦੀ ਬਿਮਾਰੀ ਨਾਲ ਹੋ ਚੁੱਕੀਆਂ ਕਿ ਜਿਹੜੇ ਅਗਲੇ ਵਾਸਤੇ ਵੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਕੁਛ ਪੀੜਤ ਹੈ ਇਸ ਗੱਲ ਤੋਂ। ਅਸੀਂ ਇਹ ਚਾਹੁੰਦੇ ਜੋ ਮਹਿਕਮੇ ਨੇ ਸਾਡੇ ਨਾਲ ਇੱਥੇ ਵਾਅਦਾ ਕੀਤਾ ਸੀ ਆ ਕਿ ਜੋ ਸਰਕਾਰ ਦੀ ਪਾਲਿਸੀ ਸੀਗੀ ਉਹਦੇ ਮੁਤਾਬਕ ਸਾਡੀ ਪੰਚਾਇਤ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਜੋ ਉਹਨਾਂ ਦੀਆਂ ਸ਼ਰਤਾਂ ਸੀ ਉਹ ਪੂਰੀਆਂ ਕੀਤੀਆਂ ਉਹ ਸ਼ਰਤਾਂ ਦੇ ਮੁਤਾਬਕ ਉਹ ਮਹਿਕਮਾ ਪੂਰਾ ਨਹੀਂ ਉਤਰਿਆ। ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਪਿੱਛੇ ਤਾਂ ਜੋ ਭਾਣਾ ਵਰਤ ਗਿਆ ਅੱਗੇ ਵਾਸਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਅਤੇ ਅਗਲੇ ਵਾਸਤੇ ਜਿਹੜੀ ਸਾਡੀ ਮਨੁੱਖਤਾ ਦੀ ਜਾਨ ਬਚੇ
तो साडा महकमा जो साढ़े ना उन्होंने वादा किया वह पाइप नवी टेंकी साडा पानी प्रदूषण सानू शुद्ध पानी मिले। मानते हो महकमे ने थोड़े ना ठगी मारी है? बिल्कुल जी, असं तो यही कहने जो महकमे ने वेखो सरकार की पॉलिसी जब वर्ल्ड बैंक की आई है वो मुताबिक उन्होंने नहीं साढ़े ना पूरे उतरे आए वो सू गल बातों के आके ज सीनियर है जूनियर है वो चले गए। हाँ जी सर, एक तो तारे वाली पिंड है धर्मकोट विधानसभा क्षेत्र उसे कुछ टैंकी वास्ते पिंड वासियों तो करीबन 1,22,000 रुपया इकट्ठा करवाया डिपार्टमेंट वालों, हाईकोर्ट के ऑर्डर भी हो चुके ने 2016 9 महीने के डिपार्टमेंट वालों, हूँ उन्होंने ऑर्डर लैके हूँ तक की कार्रवाई की? एक्चुअली डिपार्टमेंट वालों उन्होंने एसटीमेट फ्रेम करके पंजाब सरकार को मंजूरी भेजा जा चुका है और जिहड़े पैसों की गल की जा रही हैगी है वह बेनीफिशरी शेयर जिहड़ा जमा करवाया गया सीगा पंचायत वालों उन्हां दी ग्राम पंचायत वाटर सप्लाई एंड सैनिटेशन कमेटी के बैंक अकाउंट के पिया होया जिन्हां दे चेयरमैन सरपंच साहब खुद ने, फिलहाल उस पैसे दे विचों कुछ भी खर्च नहीं किया गया। सर पिंड वासियों का यह कहना भी डिपार्टमेंट ये कह रहा भी तुसी 50,000 रुपया कटा के बाकी पैसे वापस ले लो? नहीं, इदां दी फिलहाल तो कोई गल नहीं की गई डिपार्टमेंट वालों। जिहड़े पानी की उन्होंने समस्या से उन्होंने हल क्यों नहीं किया जा रहा जदों कि पैसे पिंड वालों ने जमा कराते हैं, तुसी उन्होंने गाह क्यों नहीं कर रहे? नहीं देखो, साढ़े ऑफिस तक जिहड़ा हैगा असीं एसटीमेट प्रिपेयर करके भेजना हुंदा हैगा गांह सरकार नूं मंजूरी वास्ते, जिहड़ा कि साढ़े ऑफिस की जिहड़ी प्रोसैस हैगी है वो कंप्लीट हो चुकी है, असीं गांह भेजा होया सरकार नूं, जदों मंजूरी आएगी उस तो बाद जो भी प्रोसैस हैगा टेंडरिंग वगैरह का काम अलॉट होकर स्टार्ट हो जाएगा। सर ऑफर डिपार्टमेंट वालों पिंड नूं दित्ती गई सी कि देखो वर्ल्ड बैंक की स्कीम आई है, डिपार्टमेंट के ही लोग उत्थे गए सी उन्होंने इस सजेशन देने वास्ते भी तुसीं ये करवाओ जबकि उस पिंड ऑलरेडी पहले टैंकी हैगी है, फिर क्यों नहीं पूरा किया जाए? नहीं देखो, उस पिंड दे विच जिहड़ी टेंकी हैगी है वो सरपंच साहब नूं सजेशन दित्ती गई सी कि जे उन्हूं अगमेंट करवाना चाहते हैगे आ ते वो इस स्कीम दे विच आ सकदे हैगे आ ते उन्हां नूं सारी स्कीम जिहड़ी हैगी आ, वैसे भी डिपार्टमेंट जिहड़ा हैगा जिहड़ियां भी टेंकियां पुरानियां बणियां हैगियां जदों भी कोई इदां दा प्रोग्राम आंदा हैगा असीं खुद जाके पुरानियां टेंकियां दे संबंध दे विच पिंड वासियां नूं और जिहड़े सरपंच मोहतवार ने उन्हां नूं ए डिपार्टमेंट के जिहड़े प्रोग्राम हैगे उन्हां दी गाइडेंस दित्ती जांदी है टाइम टू टाइम, तो जे कोई इंट्रस्टिड हुंदा है जिवें कि ततारिया वाला पिंड के लोग इंट्रस्टिड होए सीगे तां करके जिहड़ी प्रोसैस अग्गे कीती गई सी। फिर उन्होंने मंग पूरी क्यों नहीं कीती जा रही, की कारण? मंग पूरी दा मैं पहले ही तुहानूं दस्सिया हैगा कि जिहड़ा एसटीमेट हैगा उह फ्रेम करके भेजे जा चुके है, सरकार की अप्रूवल तो बाद जिहड़ा काम स्टार्ट हो जाएगा। पिंड वासी तो यह भी दोष लाउंदे ने कि महकमे ने साडे नाल ठगी मारी है? नहीं, इदां दी कोई गल नहीं हैगी जी, कोई ठगी वाली गल नहीं कीती किसे दे नाल।